ਨਮਸਕਾਰ ਸਤਿ ਸ੍ਰੀ ਅਕਾਲ ਅਦਾ ਫੋਕਸ ਪੰਜਾਬੀ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਆ ਮੇਰੇ ਨਾਲ ਹੈ ਡਾਕਟਰ ਸਿਬੀਆ ਜੀ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਜਿਸ ਸਮੇਂ ਵਿਅਕਤੀ ਨੂੰ ਅਟੈਕ ਆਉਂਦਾ ਹੈ ਜੀ ਹਾਂ ਹਾਰਟ ਅਟੈਕ ਜੇ ਆਪਾਂ ਦੇਖਦੇ ਪਏ ਹਾਂ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਆ ਦਿਨ ਪ੍ਰਤੀ ਦਿਨ ਜਿਹੜਾ ਆ ਅਚਾਨਕ ਅਟੈਕ ਆ ਜਾਂਦਾ ਹੈ ਅਤੇ ਕੋਈ ਵੀ ਜਿਹੜੀ ਚੀਜ਼ ਹੈ ਉਸ ਸਮੇਂ ਅਵੇਲੇਬਲ ਨਹੀਂ ਹੁੰਦੀ ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਕਿ ਉਸ ਸਮੇਂ ਕੀ ਕਰ ਸਕਦਾ ਮਰੀਜ਼ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਅਕਸਰ ਦੇਖਿਆ ਹੈਗਾ ਕਿ ਜਦੋਂ ਪੇਸ਼ੈਂਟ ਨੂੰ ਛਾਤੀ ਦਰਦ ਹੁੰਦਾ ਜਾਂ ਹਾਰਟ ਅਟੈਕ ਹੁੰਦਾ ਤੇ ਦੋ ਸਿੰਪਲ ਜਿਹੀਆਂ ਗੋਲੀਆਂ ਹੈਗੀਆਂ ਇੱਕ ਸੋਬਟ੍ਰੇਟ ਦੀ ਅਤੇ ਇੱਕ ਐਸਪ੍ਰਿਨ ਦੀ ਜਿਹੜੀ ਉਸ ਟਾਈਮ ਮਦਦ ਕਰ ਸਕਦੀ ਆ ਲੇਕਿਨ ਉਸ ਟਾਈਮ ਹੁੰਦੀ ਨਹੀਂ ਆਪਣੇ ਕੋਲ ਫਰਜ਼ ਕਰੋ ਕਿ ਤੁਸੀਂ ਕਿਤੇ ਡਰਾਈਵ ਕਰ ਰਹੇ ਹੋ ਬਾਹਰ ਗਏ ਹੋ ਉੱਥੇ ਰਾਹ ਦੇ ਵਿੱਚ ਡਰਾਈਵ ਕਰਦੇ ਕਰਦੇ ਛਾਤੀ ਦਰਦ ਹੁੰਦਾ ਹੈਗਾ ਤਾਂ ਕੀ ਕਰੋਗੇ ਇਸ ਕਰਕੇ ਅਸੀਂ ਉਪਰਾਲਾ ਕੀਤਾ ਹੈਗਾ ਕਿ ਕੀ ਰਿੰਗ ਦੇ ਵਿੱਚ ਕੀ ਦੇ ਛੱਲੇ ਦੇ ਵਿੱਚ ਇੱਕ ਛੋਟੀ ਜਿਹੀ ਜਗ੍ਹਾ ਹੈਗੀ ਗੋਲੀਆਂ ਰੱਖਣ ਦੀ ਤਾਂ ਕਿ ਜੇ ਗੋਲੀਆਂ ਉਹਦੇ ਵਿੱਚ ਹੋਣ ਤੇ ਚਾਬੀ ਹਮੇਸ਼ਾ ਆਪਣੇ ਕੋਲ ਹੋਊਗੀ ਆਪਾਂ ਜਿੱਥੇ ਵੀ ਜਾਂਦੇ ਹਾਂ ਸਕੂਟਰ ਕਾਰ ਮੋਟਰਸਾਈਕਲ ਦੇ ਵਿੱਚ ਤਾਂ ਕਿ ਇਮੀਡੀਏਟਲੀ ਉਹ ਗੋਲੀਆਂ ਕੱਢ ਕੇ ਪੇਸ਼ੈਂਟ ਲੈ ਸਕੇ ਜੇ ਸੋਬਟ੍ਰੇਟ ਦੀਆਂ ਗੋਲੀਆਂ ਹੈਗੀਆਂ ਪਹਿਲੇ ਪੇਸ਼ੈਂਟ ਜੀਭ ਦੇ ਹੇਠਾਂ ਰੱਖੇ ਨਹੀਂ ਫਰਕ ਪੈਂਦਾ ਦੂਜੀ ਰੱਖੇ ਅਤੇ ਨਹੀਂ ਫਰਕ ਪੈਂਦਾ ਤੀਜੀ ਰੱਖੇ ਅਤੇ ਜੇ ਇਹਦਾ ਨਹੀਂ ਠੀਕ ਹੁੰਦਾ ਫਿਰ ਐਸਪ੍ਰਿਨ ਦੀ ਗੋਲੀ ਲੈ ਕੇ ਅਤੇ ਇਮੀਡੀਏਟਲੀ ਡਾਕਟਰ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰੇ ਸਰ ਅਗਰ ਗੱਲ ਕੀਤੀ ਜਾਵੇ ਕੀ ਰਿੰਗ ਦੇ ਵਿੱਚ ਇਹ ਆਈਡੀਆ ਕਿੱਥੋਂ ਆਇਆ ਤੁਸੀਂ ਕੀ ਰਿੰਗ ਦੇ ਵਿੱਚ ਜਿਹੜੀਆਂ ਗੋਲੀਆਂ ਪਾਉਣ ਦਾ ਮਾਈਂਡ ਦੇ ਵਿੱਚ ਕਿੱਥੋਂ ਆਇਆ ਤਿੰਨ ਇੰਸੀਡੈਂਟਸ ਹੋਏ ਸੀਗੇ ਇੱਕ ਤਾਂ ਅਸੀਂ ਦਿੱਲੀ ਜਾ ਰਹੇ ਸੀਗੇ ਅਤੇ ਜਿੱਥੇ ਰਿੰਗ ਰੋਡ ਆਊਟਰ ਰਿੰਗ ਰੋਡ ਹੈਗਾ ਰੋਨੀ ਕੋਲੇ ਸਾਡੀ ਕਾਰ ਉੱਥੇ ਰੁਕੀ ਕਿਉਂਕਿ ਰੈੱਡ ਲਾਈਟ ਸੀਗੀ ਨਾਲ ਇੱਕ ਹੋਰ ਕਾਰ ਆ ਕੇ ਰੁਕੀ ਉਸ ਕਾਰ ਦੇ ਵਿੱਚ ਜਿਹੜਾ ਡਰਾਈਵਰ ਸੀਗਾ ਪਸੀਨੋ ਪਸੀਨੀ ਸੀਗਾ ਕਿਉਂਕਿ ਉਹਦੇ ਪਿੱਛੇ ਜਿਹੜਾ ਪੇਸ਼ੈਂਟ ਸੀ ਆਦਮੀ ਬੈਠਾ ਸੀ ਉਹਨੂੰ ਛਾਤੀ ਦਰਦ ਹੋ ਰਿਹਾ ਸੀਗਾ ਅਤੇ ਸਾਰੇ ਘਬਰਾਏ ਹੋਏ ਸੀ ਉਸ ਕਾਰ ਦੇ ਵਿੱਚ ਲੱਕੀਲੀ ਸਾਡੇ ਕੋਲ ਸੋਬਟ੍ਰੇਟ ਦੀ ਗੋਲੀ ਸੀਗੀ ਅਸੀਂ ਉਹਨਾਂ ਨੂੰ ਇਸ਼ਾਰਾ ਕੀਤਾ ਕਿ ਖਿੜਕੀ ਦਾ ਸ਼ੀਸ਼ਾ ਹੇਠਾਂ ਕਰੋ ਅਤੇ ਮੇਰੀ ਵਾਈਫ ਨੇ ਉੱਤਰ ਕੇ ਉਹਨੂੰ ਸੋਬਟ੍ਰੇਟ ਦੀ ਗੋਲੀ ਦੇ ਕੇ ਉਹਨੂੰ ਕਿਹਾ ਕਿ ਤੁਸੀਂ ਆਹ ਗੋਲੀ ਜਿਹੜੀ ਹੈਗੀ ਜੀਭ ਦੇ ਹੇਠਾਂ ਰੱਖੋ ਅਤੇ ਘਬਰਾਓ ਨਾ ਉਹਦੇ ਬਾਅਦ ਰੈੱਡ ਲਾਈਟ ਦੀ ਗ੍ਰੀਨ ਹੋਈ ਅਤੇ ਅਸੀਂ ਆਪਣੇ ਰਾਸਤੇ ਚਲੇ ਗਏ ਉਹ ਆਪਣੇ ਰਾਸਤੇ ਹੋਪਫੁਲੀ ਉਹਨਾਂ ਦਾ ਕੋਈ ਬਚਾਅ ਹੋ ਗਿਆ ਹੋਵੇ ਦੂਜਾ ਇੰਸੀਡੈਂਟ ਹੋਇਆ ਕਿ ਇੱਕ ਇੱਥੇ ਦੇ ਬੜੇ ਸੀਨੀਅਰ ਐਨਸਥੈਟਿਸਟ ਸੀਗੇ ਉਹ ਹੇਮਕੁੰਡ ਸਾਹਿਬ ਜਾ ਰਹੇ ਸੀ ਉਹਨਾਂ ਪਿਤਾ ਜੀ ਨੂੰ ਹਾਰਟ ਦੀ ਪ੍ਰੋਬਲਮ ਸੀਗੀ ਅਤੇ ਅਸੀਂ ਬੈਠ ਕੇ ਉਹਨਾਂ ਦੇ ਲਈ ਐਮਰਜੈਂਸੀ ਕਿੱਟ ਬਣਾਈ ਕਿ ਜੇ ਲੋੜ ਪੈਂਦੀ ਹੈ ਤਾਂ ਉਹ ਕੰਮ ਆ ਜਾਣ ਉੱਥੇ ਪਹੁੰਚਣ 'ਤੇ ਉਹਨਾਂ ਦੇ ਪਿਤਾ ਜੀ ਘੋੜੇ ਦੇ ਉੱਤੇ ਅੱਗੇ ਚਲੇ ਗਏ ਅਤੇ ਇਹ ਪਿੱਛੇ ਰਹਿ ਗਏ ਅਤੇ ਇਹਨਾਂ ਦੇ ਛਾਤੀ 'ਚ ਦਰਦ ਹੋਇਆ ਦਵਾਈਆਂ ਜਿਹੜੀਆਂ ਸੀਗੀਆਂ ਉਹਨਾਂ ਪਿਤਾ ਜੀ ਕੋਲ ਸੀਗੀਆਂ ਅਤੇ ਇਹਨਾਂ ਦਾ ਛਾਤੀ 'ਚ ਦਰਦ ਹੋਇਆ ਅਤੇ ਉਹਨਾਂ ਦੀ ਉੱਥੇ ਡੈਥ ਹੋ ਗਈ ਹੇਮਕੁੰਡ ਸਾਹਿਬ ਦੇ ਰਾਹ 'ਚ ਤੀਜਾ ਇੰਸੀਡੈਂਟ ਕੁਛ ਦਿਨ ਪਹਿਲਾਂ ਹੀ ਹੋਇਆ ਸਾਡੇ ਇੱਕ ਨੋਨ ਹੈਗਾ ਜਿਹੜਾ ਕਿ ਦਿੱਲੀ ਤੋਂ ਬੈਂਗਲੌਰ ਬਾਏ ਏਅਰ ਗਏ ਰਾਹ ਦੇ 'ਚ ਉਹਨਾਂ ਨੂੰ ਛਾਤੀ 'ਚ ਪ੍ਰੋਬਲਮ ਹੋਈ ਉੱਥੇ ਉਤਰਨ ਦੇ ਬਾਅਦ ਉਹ ਡਾਕਟਰ ਕੋਲ ਗਏ ਉੱਥੇ ਅਤੇ ECG ਕਰਾਈ ਅਤੇ ਜੇ ਉਹਨਾਂ ਕੋਲ ਹਵਾਈ ਜਹਾਜ਼ ਦੇ ਵਿੱਚ ਕੀ ਰਿੰਗ ਹੁੰਦਾ ਜਿਹਦੇ 'ਚ ਗੋਲੀਆਂ ਹੈਗੀਆਂ ਅਤੇ ਉਹਨਾਂ ਨੂੰ ਕਾਫੀ ਰਿਲੀਫ ਮਿਲ ਸਕਦਾ ਸੀਗਾ ਅਤੇ ਇਸ ਕਰਕੇ ਇਹ ਤਿੰਨ ਇੰਸੀਡੈਂਟ ਜਿਹੜੇ ਹੈਗੇ ਜਿਹੜੇ ਅਸੀਂ ਆਪ ਡਾਇਰੈਕਟਲੀ ਇਨਵੋਲਵ ਹੋਏ ਹੈਗੇ ਅਤੇ ਇਹਨਾਂ ਦੇ ਨਾਲ ਅਸੀਂ ਬੜੇ ਦੇਰ ਤੋਂ ਸੋਚ ਰਹੇ ਸੀ ਕੁਝ ਇਹੋ ਜਿਹਾ ਤਰੀਕਾ ਹੋਵੇ ਜਿੱਥੇ ਕਿ ਗੋਲੀ ਐਸਾ ਰੱਖੀ ਜਾਏ ਕਿ ਹਮੇਸ਼ਾ ਮਰੀਜ਼ ਦੇ ਕੋਲ ਹੋਵੇ ਅਤੇ ਐਮਰਜੈਂਸੀ ਪੇਸ਼ੈਂਟ ਮਰੀਜ਼ ਦੇ ਜਾਂ ਕਿਸੇ ਹੋਰ ਦੇ ਕੰਮ ਆ ਜਾਏ ਤਾਂ ਬਹੁਤ ਚੰਗਾ ਹੋਊਗਾ ਇਸ ਕਰਕੇ ਅਸੀਂ ਇਹ ਜਿਹੜੇ ਕੀ ਰਿੰਗਸ ਹੈਗੇ ਆਪਣੇ ਪੇਸ਼ੈਂਟਸ ਨੂੰ ਜਿਹੜੇ ਸਾਡੇ ਕੋਲ ਹਾਰਟ ਦੇ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਦਿੰਦੇ ਹੈਗੇ ਤਾਂ ਕਿ ਉਹ ਆਪਣੇ ਕੋਲ ਰੱਖ ਸਕਣ ਸਰ ਗੋਲੀ ਖਾ ਲਈ ਗੋਲੀ ਖਾਣ ਤੋਂ ਬਾਅਦ ਕੀ ਕੁਝ ਖਾਣ ਪੀਣ ਦੇ ਵਿੱਚ ਪਰਹੇਜ਼ ਕਰਨਾ ਜਾਂ ਕੁਝ ਸਮਾਂ ਵੇਟ ਕਰਨਾ ਕੀ ਕਰਨਾ ਚਾਹੀਦਾ ਉਸ ਤੋਂ ਬਾਅਦ ਗੱਲ ਹੈ ਕਿ ਇਹ ਤਾਂ ਕੇਸ ਹੈਗਾ ਐਮਰਜੈਂਸੀ ਦਾ ਇਹਦੇ ਵਿੱਚ ਉਹ ਨਹੀਂ ਹੈਗਾ ਕਿ ਆਪਾਂ ਵੇਟ ਕਰੀਏ ਕਿ ਖਾਈਏ ਪੀਏ ਇਹ ਹੈਗਾ ਕਿ ਆਪਾਂ ਨੂੰ ਇਮੀਡੀਏਟਲੀ ਜਦੋਂ ਛਾਤੀ ਦਰਦ ਹੋ ਰਿਹਾ ਹੋਵੇ ਤੇ ਆਦਮੀ ਇਹ ਨਹੀਂ ਸੋਚਦਾ ਕਿ ਮੈਂ ਕੀ ਖਾਵਾਂ ਪੀਵਾਂ ਇਸ ਕਰਕੇ ਉਹ ਸਵਾਲ ਨਹੀਂ ਪੈਦਾ ਹੁੰਦਾ ਅਗਰ ਗੋਲੀ ਖਾਣ ਤੋਂ ਬਾਅਦ ਕਿੰਨੀ ਦੇਰ ਬਾਅਦ ਜਿਹੜਾ ਆ ਤੁਸੀਂ ਜਿਹੜਾ ਹੈਗਾ ਸਰਵਾਈਵ ਕਰ ਸਕਦੇ ਹੋ ਕਿੰਨੀ ਦੇਰ ਬਾਅਦ ਹੋਸਪਿਟਲ ਹੈ ਕਿੰਨਾ ਟਾਈਮ ਕੱਢ ਸਕਦੀ ਹੈ ਗੱਲ ਇਹ ਕਿ ਜੇ ਐਨਜਾਈਨਾ ਹੈਗਾ ਤੇ ਉਹਦੇ ਨਾਲ ਤਾਂ ਗੋਲੀ ਦੇ ਨਾਲ ਕੁਛ ਮਿੰਟਾਂ ਦੇ ਵਿੱਚ ਹੋਈ ਰਿਲੀਫ ਮਿਲ ਜਾਂਦਾ ਹੈਗਾ ਤੇ ਪੇਸ਼ੈਂਟ ਜਿਹੜਾ ਹੈਗਾ ਆਰਾਮ ਨਾਲ ਚੱਲ ਸਕਦਾ ਹੈਗਾ ਕੰਮ ਕਰ ਸਕਦਾ ਹੈਗਾ ਜੇ ਹਾਰਟ ਅਟੈਕ ਹੈਗਾ ਤੇ ਉਹਦੇ ਵਿੱਚ ਜਿਹੜੀ ਐਸਪ੍ਰਿਨ ਦੀ ਗੋਲੀ ਹੈਗੀ ਉਹਦੇ ਨਾਲ ਆਪਾਂ ਨੂੰ ਟਾਈਮ ਮਿਲ ਜਾਂਦਾ ਹੈਗਾ ਜਿਹੜਾ ਪ੍ਰੋਸੈਸ ਹੈਗਾ ਹਾਰਟ ਅਟੈਕ ਦਾ ਜਿੱਥੇ ਇਹ ਕਲੋਟ ਬਣ ਰਿਹਾ ਹੈਗਾ ਕਲੋਟ ਉਹ ਸਲੋ ਹੋ ਜਾਂਦਾ ਹੈਗਾ ਤਾਂ ਕਿ ਹੋਸਪਿਟਲ ਪਹੁੰਚਣ ਜੋਗਾ ਟਾਈਮ ਮਿਲ ਜੇ ਇਹ ਜਿਹੜਾ ਹੈਗਾ ਇਹ ਮੈਂ ਇਹ ਨਹੀਂ ਕਹੂੰਗਾ ਕਿ ਡਾਕਟਰ ਦੀ ਜਗ੍ਹਾ ਲੈ ਸਕਦਾ ਹੈਗਾ ਇਹ ਆ ਕਿ ਆਪਾਂ ਨੂੰ ਟਾਈਮ ਦੇ ਸਕਦਾ ਹੈਗਾ
ਸਰ ਜਿਸ ਤਰ੍ਹਾਂ ਤੁਸੀਂ ਅਟੈਕ ਬਾਰੇ ਦੱਸਿਆ ਇਸ ਤਰ੍ਹਾਂ ਕਿ ਪੈਰਾਲਾਈਜ਼ਸ ਜਦੋਂ ਉਹਦਾ ਅਟੈਕ ਆਉਂਦਾ ਤੇ ਕੋਈ ਉਹਦੇ ਲਈ ਵੀ ਇਸ ਤਰ੍ਹਾਂ ਦੀ ਗੋਲੀ ਜਿਹੜੀ ਅਵੇਲੇਬਲ ਹੋ ਸਕਦੀ ਜਿਹੜੀ ਐਸਪਰੀਨ ਦੀ ਗੋਲੀ ਹੈਗੀ ਉਹ ਸਟ੍ਰੋਕ ਦੇ ਵਿੱਚ ਵੀ ਮਦਦ ਕਰਦੀ ਹੈ ਇਹ ਸਟੈਂਡਰਡ ਟ੍ਰੀਟਮੈਂਟ ਹੈਗਾ ਜਿਹੜੀ ਕਿ ਵਰਲਡ ਵਾਈਡ ਇਸਤੇਮਾਲ ਹੋ ਰਿਹਾ ਹੈਗਾ ਪ੍ਰੋਬਲਮ ਇਹੀ ਹੈਗਾ ਕਿ ਉਸ ਟਾਈਮ ਆਪਣੇ ਕੋਲ ਦਵਾਈ ਨਹੀਂ ਹੁੰਦੀ ਤੇ ਇਸ ਤਰੀਕੇ ਨਾਲ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਦੇ ਕੋਲ ਦਵਾਈ ਰੈਡੀਲੀ ਅਵੇਲੇਬਲ ਹੋਵੇ ਸਰ ਕੀ ਕਰਨ ਜਾ ਰਹੇ ਹੋ ਗੋਲੀ ਜਿੱਦਾਂ ਕਿੱਦਾਂ ਅਵੇਲੇਬਲ ਕਰਾਉਣ ਜਾ ਰਹੇ ਹੋ ਇਹ ਕੀਰਿੰਗਸ ਹੈਗੇ ਕੀਰਿੰਗ ਦੇ ਵਿੱਚ ਅਸੀਂ 3 ਸੋਬਟੇਟ ਦੀਆਂ ਗੋਲੀਆਂ 2 ਐਸਪਰੀਨ ਦੀਆਂ ਗੋਲੀਆਂ ਪਾ ਕੇ ਜਿਹੜੇ ਸਾਡੇ ਕੋਲ ਮਰੀਜ਼ ਆਉਂਦੇ ਹੈਗੇ ਕੰਸਲਟੇਸ਼ਨ ਦੇ ਲਈ ਅਸੀਂ ਉਹਨਾਂ ਨੂੰ ਦਿੰਦੇ ਹੈਗੇ ਤਾਂ ਕਿ ਉਹ ਆਪਣੀ ਕਾਰ ਦੀ ਸਕੂਟਰ ਦੀ ਚਾਬੀ ਪਾ ਕੇ ਉਹਦੇ ਵਿੱਚ ਰੱਖ ਸਕਣ ਤੇ ਹਮੇਸ਼ਾ ਉਹਨਾਂ ਦੇ ਕੋਲੇ ਹੋਵੇ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ